ਜੀ ਅਸਲਾਮ ਅਲੈਕਮ ਮੈਂ ਜ਼ੁਲਾ ਖਾਨ ਨਿਆਜ਼ੀ ਤੁਹਾਡੇ ਨਾਲ ਸਾਡੇ YouTube ਚੈਨਲ ਹਸਬੇ ਹਾਲ ਸਰਾਇ ਕੀ ਅੱਜ ਸਾਡੇ ਨਾਲ ਇੱਕ ਸ਼ਹਿਰੀ ਬੈਠਾ ਇਹਨਾਂ ਦਾ ਚੱਕ ਨੰਬਰ 65 ਐ ਮਿਲ ਦੇ ਵਿੱਚ ਬੈਠਾ ਸਾਨ ਨਾਲ ਇੱਕ ਸ਼ਹਿਰੀ ਬੈਠਾ ਇਹਨਾਂ ਕੋਲੋਂ ਅਸਾਂ ਇਮਰਾਨ ਖਾਨ ਦੀ ਹਕੂਮਤ ਦੀ ਕਾਰਕਰਦਗੀ ਦੇ ਬਾਰੇ ਪੁੱਛਦੇ ਆਂ ਆਮ ਆਮ ਦੀ ਜਿਹੜੀ ਆਵਾਜ਼ ਆਉਂਦੀ ਹੈ ਉਹ ਅਸਲ ਹਕਮਰਾਨਾਂ ਤੱਕ ਨਹੀਂ ਪਹੁੰਚਦੀ ਵੱਡੇ ਮੀਡੀਆ ਜਿਹੜੇ ਚੈਨਲ ਹਨ ਉਹ ਹੋਰ ਗੱਲਾਂ ਕਰਦੇ ਹਨ ਪਰ ਹਕੀਕਤ ਬਰਖਸ ਆਮ ਵਿੱਚ ਹਾਲਾਤ ਹੋ ਰਹੇ ਜੀ ਅਸਲਾਮ ਅਲੈਕਮ ਵਾਲੇਕਮ ਸਲਾਮ ਜੀ ਇਮਰਾਨ ਖਾਨ ਦੀ ਹਕੂਮਤ ਨਾਲ ਤੁਸੀਂ ਕੋਈ ਮਤਮੈਨ ਹੋ ਜਾਂ ਕੇ ਸਾਬੇ ਕੋਈ ਲਾਲਾ ਉਹ ਕਹਾ ਕੋ ਨਾ ਸਿੱਧੀ ਜੀ ਗੱਲ ਹੈ ਵੋਟ ਵੀ ਅਸਾਂ ਸ਼ੇਰ ਤੇ ਮਾਰਾਈ ਅੱਛਾ ਸਾਨੂੰ ਹਰ ਗਿਆ ਗਏ ਬਈ ਤੁਸੀਂ ਬੱਲੇ ਤੇ ਅਸਾਂ ਬੱਲੇ ਦੇ ਡਿੱਠੇ ਨਹੀਂ ਸ਼ੇਰ ਤੇ ਦਾਬ ਦਿੱਤਾ ਨਹੀਂ ਤੇ ਵਾ ਤੁਸੀਂ ਸ਼ੇਰ ਤੇ ਦਿੱਤਾ ਜਿਹੜੇ ਬੰਦਾ ਕੋਲ ਅਸਾਂ ਪੁੱਛਦੇ ਆ ਦੇ ਨਾ ਅਸਾਂ ਵੋਟ ਸ਼ੇਰ ਨੂੰ ਦਿੱਤਾ ਤੇ ਇਮਰਾਨ ਖਾਨ ਬਣ ਗਏ ਕੀ ਵਜ੍ਹਾ ਕੋਈ ਲਾਲਾ ਇਹਨਾਂ ਦਾ ਕੋਈ ਆਪਣਾ ادارہ ਹੀ ਵੱਖਰਾ ਜਿਹੜੇ ਦੇ ਵਿੱਚ ਇਹਨਾਂ ਵੋਟ ਨੂੰ ਦੱਬੀ ਆਏ ਤੇ ਦੱਬੀ ਆਏ ਆਪਣੇ ਕੋਲ ਹੁਣ ਜਿਹੜਾ ਇਹ ਲਾਲਾ ਸਾਤਾ ਦੁਆ ਮੰਗਦੇ ਖਲਿਆਂ ਬਈ ਨਵਾਜ਼ ਸ਼ਰੀਫ ਆਵੇ ਗੂਮਤ ਕੋਈ ਠੀਕ ਥੀਵੇ ਗਰੀਬ ਦਾ ਕੋਈ ਮਸਲਾ ਹੱਲ ਥੀਵੇ ਕਰੇਂਦਾ ਇਹ ਵੀ ਪੀਏ ਲੇਕਿਨ ਇਹ ਬਸ ਕੋਈ ਖਾਸ ਇਹ ਜੀ ਗੱਲ ਨਹੀਂ ਸਾਹਮਣੇ ਆਂਦੀ ਤੇ ਨਾ ਸ਼ਰੀਫ ਦੇ ਦੌਰੇ ਕਿਤਨਾ ਆਈ ਘਿਉ ਕਿੰਨੀ ਆਈ ਕਿਲੋ ਕੋਈ ਲਾਲਾ 200 ਤੇ ਹਾਈ 150 ਤੇ ਹਾਈ 100 ਰੁਪਏ ਕਿਲੋ ਹਾਈ ਤੇ ਅੱਜਕੱਲ ਅੱਜਕੱਲ ਤਾ 400 ਤੂੰ ਉੱਤੇ ਕੰਮ ਟਪਾਈ ਵਦਣ ਅੱਛਾ ਤੇ ਤੂੰ ਆਪ ਦੱਸ ਭਾਈ ਇਹ ਗਰੀਬ ਦੀ ਜਾਨ ਕਢੇਂਦੀ ਤੇ ਜਿਹੜੇ ਜ਼ਿਮੀਂਦਾਰਾਂ ਇਸ ਵੇਰੀ ਡੀਏਪੀ 10000 ਦੁੱਗੀ ਦੀ ਉਸਲੇ 500 ਤੇ ਮਿਲ ਦੀ ਤੇ ਉਸੇ ਬਾਰੇ ਤੋ ਵੀ ਲੋਕਾਂ ਲੈਣਾ ਲੱਗਿਆ ਨ ਜ਼ਿਮੀਂਦਾਰ ਤੇ ਕਣੋ ਕਿਸ ਵੇਰੀ ਕਿੰਨੇ ਆਪਣੇ ਲਾਕੇ ਵਿੱਚ ਕੋਈ ਘਾਟੇ ਵਾੜੇ ਕਣੋ ਕੋ ਠੀਕੇ ਲੱਗੇ ਨ ਉਨੇ ਕਣੋ ਕੋ ਨਹੀਂ ਜਿੰਨੇ ਜ਼ਿਮੀਂਦਾਰਾਂ ਦੀ ਹੋਣੀ ਚਾਹੀਦੀ ਅੱਛਾ ਡੀਏਪੀ ਪਾ ਨਨ ਸਗੇ ਯੂਰੀਆ ਛਾੜ ਢਈ ਡੀਏਪੀ ਛਾੜ ਢਈ ਬਲੈਕ ਵਿੱਚ êndian ਜਿਹੜੀ ਖਾਦ ਉਹਨਾਂ ਗਿੱਦਿਓ ਇਹ 5000 ਦੇ ਉਹਨਾਂ 8000 ਤੇ ਵੇਚੀਏ ਅੱਛਾ 8 ਤੋਂ 10000 ਤੇ ਵੇਚੀਏ ਨਹੀਂ ਤਾਂ ਹਕੂਮਤ ਕਰਨ ਦਾ ਰੇਟ ਵੀ ਤਾਂ 5000 ਕਾਟ ਯਾਰ 5000 ਤਾਂ ਥੀਵੇ ਲੇਕਿਨ ਗਰੀਬ ਕੋਲ ਪਈ ਉਹ ਵੇ ਤਾਂ 5000 ਦੀ ਵੇਚੇ ਨਾ ਤੋ ਉਹੀ ਹਕੂਮਤ ਕੋਲ ਪਈ ਅੱਛਾ ਗਰੀਬ ਕੋਲ ਤਾਂ ਕੋਈ ਨਹੀਂ ਪਈ ਬਿਜਲੀ ਉਹਨਾਂ 5 ਰੁਪਏ ਯੂਨੀਅਨ ਵਾਤ ਵਧਾ ਦਿੱਤਾ ਐਸਾ ਕਿ ਮੈਂ 6 ਮਹੀਨੇ ਕੋਨਾ ਵਧੇ ਪਹਿਲੇ ਗਰੀਬਾਂ ਨੂੰ ਦੱਸਣੇ ਬਿਜਲੀ 5 ਰੁਪਏ ਘਟ ਗਈ ਹੈ ਉਹਨਾਂ ਨੂੰ ਰਾਤੀ ਬੜੀ ਸੋਹਣੀ ਨੀਂਦ ਔਰ ਆਈਏ ਬੜੇ ਸੁਤੇ ਸਾਰੇ ਰਾਤ ਅੱਛਾ

ਅੱਛਾ ਤੇ ਜ਼ਰਦਾਰੀ ਤੇ ਇਮਰਾਨ ਆ ਦੇ ਸਾਰੇ ਚੋਰ ਹਨ ਤੇ ਮੈਂ ਬੜਾ ਸ਼ਰੀਫ ਬੰਦਾ ਦੇ ਇੱਕ ਯਾਰ ਅਸਾਂ ਹੁਣ ਕੀ ਆ ਹਾਲਾਤ ਅਗਰ ਇਹ ਦੇ ਸ਼ਰੀਫ ਹੈ ਤੂੰ ਕੋ ਗਰੀਬ ਸ਼ਰੀਫ ਥਿਓ ਨਾ ਗਰੀਬ ਬੋਖ ਤੂੰ ਬਦਮਾਸ਼ ਥੀ ਗਏ ਜੇ ਨੂੰ ਕੋਈ ਗੱਲ ਆ ਗਰੀਬ ਹੀ ਕੀ ਚੀਜ਼ ਪਾਉਂਦਾ ਇਹ ਦੇ ਦੌਰ ਇਹ ਤਾਂ ਸਾਰੇ ਨੇ ਬਈਏ ਤੂੰ ਸ਼ਹਿਰੀਆਂ ਦੇ ਹਵਾਲ ਸੁਣਦੇ ਪਏ ਅਫਸਰ ਨਾਲ ਹੋਰ ਵੀ ਸ਼ਹਿਰੀ ਨਾ ਸੁਣਨ ਤਾਂ ਗੱਲ ਕਰ ਸਾਂ ਇਹ ਲੋਕਾਂ ਤੂੰ ਸਾਂ ਹਾਲ ਹਵਾਲ ਸੁਣੋ ਇਤਵੇ ਮੰਗਾਈ ਬਿਲਕੁਲ ਤਬਾਈ ਕਰਤੀ ਇਮਰਾਨ ਖਾਨ ਦੀ ਹਕੂਮਤ ਦੇ ਲੋਕ ਨਾ ਹੈ ਬڑے ਨਾਖੁਸ਼ ਹਨ